उम्मीद करते हैं तुसी सारे ठीक ठाक होवोंगे ते अपने अपने कम्मां कारां दे विच बिजी होवोंगे। ते अज आपां तुहानूं दसदे आं करोटन दी आपां कटिंग लगाउण लगे आं अज। ते हुण बारिश दा मौसम आ गया ते सोचा भी कटिंग लगा लईए ते तुहानूं भी दस्सीए। आजो आपां हुण अज करोटन दी कटन लगाउणे दसदे आं तुहानूं किवें लगाउणी। पहली गल तां आपां जदों करोटन दी कटिंग लैणी है ते उह करोटन वाला दा बूटा जिहड़ा जिहदे नालों आपां कटिंग लैणी है ਉਹ ਕਰੋਟਨ ਦਾ ਬੂਟਾ ਬਹੁਤ ਹੈਲਦੀ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ। ਕਿਉਂਕਿ ਜਿਹੜਾ ਬੂਟੇ ਦੀ ਆਪਾਂ ਕਟਿੰਗ ਲੈਣੀ ਹੈ ਉਹ ਜੇ ਉਹ ਬੂਟਾ ਪਹਿਲਾਂ ਹੀ ਤੰਦਰੁਸਤ ਨਾ ਹੋਊਗਾ ਤੇ ਉਹ ਪਹਿਲਾਂ ਹੀ ਮਰਝਾਇਆ ਹੋਊਗਾ ਜਾਂ ਕਿਸੇ ਫੰਗਸ ਦਾ ਸ਼ਿਕਾਰ ਹੋਊਗਾ ਤਾਂ ਉਹ ਆਪਣੀ ਜਿਹੜੀ ਉਸੇ ਪੌਦੇ ਤੋਂ ਆਪਾਂ ਕਟਿੰਗ ਲਵਾਂਗੇ ਤੇ ਉਹ ਕਟਿੰਗ ਆਪਣੀ ਲੱਗਦੀ ਨਹੀਂ ਹੈਗੀ। ਉਹਨੇ ਕਟਿੰਗ ਨੇ ਆਪਾਂ ਨੂੰ ਉਹਦੇ ਚਾਂਸ ਬਹੁਤ ਘੱਟ ਹੋਣਗੇ ਲੱਗਣ ਦੇ, ਘੱਟ ਤਾਂ ਕੀ ਜਮ੍ਹਾਂ ਲੱਗਣੀ ਹੋਈ ਨਹੀਂ ਗੀ। ਮਤਲਬ ਆਪਾਂ ਕਟਿੰਗ ਲੈਣੀ ਆ ਹੁਣ ਤੇ ਕਟਿੰਗ ਲਾਉਣ ਲੱਗਣੀ, ਆਪਾਂ ਇਹ ਧਿਆਨ ਰੱਖਣਾ ਵੀ ਕਟਿੰਗ ਲਾਉਣੀ ਜਾਂ ਤਾਂ ਕੱਟਣੀ ਹੈ ਸੁਬਹਾ ਦੇ ਟਾਈਮ ਤੇ ਜਾਂ ਸ਼ਾਮ ਦੇ ਟਾਈਮ। ਤੇ ਜਦੋਂ ਆਪਾਂ ਕਟਿੰਗ ਲੈ ਲਈ ਉਹ ਕਟਿੰਗ ਨਾ ਤੁਸੀਂ ਪਾਣੀ ਦੇ ਵਿੱਚ ਗਰੋ ਕਰਕੇ ਰੱਖ ਦਿਓ, ਕਿਉਂਕਿ ਪਹਿਲਾਂ ਹੀ ਬੂਟਾ ਜੇ ਤੰਦਰੁਸਤ ਹੋਊਗਾ ਤੇ ਉਹਦੇ ਵਿੱਚ ਮੋਇਸਚਰ ਬਹੁਤ ਵਧੀਆ ਹੋਊਗਾ ਤੇ ਟਾਹਣੀ ਹੈ ਜਿਹੜੀ ਉਹ ਵੀ ਤੰਦਰੁਸਤ ਹੋਊਗੀ ਤੇ ਜਦੋਂ ਆਪਾਂ ਕਟਿੰਗ ਲਾਵਾਂਗੇ ਤੇ ਕਟਿੰਗ ਆਪਣੀ ਸਕਸੈਸਫੁੱਲ ਹੋਊਗੀ ਤੇ ਬਹੁਤ ਵਧੀਆ ਲੱਗੂਗੀ ਉਹ ਕਟਿੰਗ ਦੇ ਮਾਰਨ ਦੇ ਚਾਂਸ ਘੱਟ ਹੋਣਗੇ। ਤੇ ਜੇ ਬੂਟਾ ਪਹਿਲਾਂ ਹੀ ਹੈਲਦੀ ਨਾ ਹੋਊਗਾ ਤਾਂ ਉਹਦੀ ਕਟਿੰਗ ਜਮ੍ਹਾਂ ਨਹੀਂ ਲੱਗਣੀ। ਤੇ ਇਹ ਜਦੋਂ ਆਪਾਂ ਕਟਿੰਗ ਲਾਉਣੀ ਹੈ ਜਾਂ ਤਾਂ ਸੁਬਹਾ ਦੇ ਟਾਈਮ ਕੱਟਣੀ ਹੈ ਤੇ ਜਾਂ ਸ਼ਾਮ ਦੇ ਟਾਈਮ ਕੱਟਣੀ ਹੈ, ਕਿ ਸ਼ਾਮ ਨੂੰ ਵੀ ਠੰਡਾ ਮੌਸਮ ਹੁੰਦਾ ਤੇ ਸੁਬਹਾ ਦੇ ਟਾਈਮ ਵੀ। ਤੇ ਜਦੋਂ ਆਪਾਂ ਕਟਿੰਗ ਲੈ ਲਈ ਉਸ ਨੂੰ ਥੋੜ੍ਹਾ ਬਹੁਤਾ ਚਿਰ ਪਾਣੀ ਦੇ ਵਿੱਚ ਇਸ ਤਰ੍ਹਾਂ ਗਰੋ ਕਰਕੇ ਪਾਣੀ ਦੇ ਵਿੱਚ ਰੱਖ ਦੇਣਾ, ਐਂ ਪਾਣੀ ਦੇ ਵਿੱਚ ਡੁਬੋ ਕੇ ਰੱਖ ਦੇਣਾ ਇਹਨਾਂ ਨੂੰ। ਇਹ ਮੇਰੀਆਂ ਕਟਿੰਗਾਂ ਨੂੰ ਕੱਟੀਆਂ ਹੋਈਆਂ ਨੂੰ 2 ਦਿਨ ਹੋ ਗਏ ਮੇਰੇ ਤੋਂ ਲੱਗਣ ਦੇ ਵਿੱਚ, ਮੈਨੂੰ ਟਾਈਮ ਨਹੀਂ ਮਿਲਿਆ ਕਟਿੰਗ ਲਾਉਣ ਦਾ ਤੇ ਅੱਜ ਹੁਣ ਮੈਂ ਇਹ ਕਟਿੰਗ ਲਾਉਣ ਲੱਗੀ ਹਾਂ ਤੇ ਪਾਣੀ ਦੇ ਵਿੱਚ ਹੀ ਮੈਂ ਪਹਿਲਾਂ ਡੁਬੋ ਕੇ ਰੱਖਦੀਆਂ ਸੀਗਾ ਤੇ ਦੇਖੋ ਇਹਦਾ ਮੋਇਸਚਰ ਪੂਰੀ ਤਰ੍ਹਾਂ ਇਹਦੇ ਵਿੱਚ ਮੇਨਟੇਨ ਹੈਗਾ। ਤੇ ਜਦੋਂ ਆਪਾਂ ਪਾਣੀ ਦੇ ਵਿੱਚ ਡੁਬੋ ਕੇ ਰੱਖਾਂਗੇ ਤਾਂ ਉਹ ਕਟਿੰਗ ਇੱਕ ਤਾਂ ਸੁੱਕਦੀ ਨਹੀਂ, ਉਹਨੇ ਸੁੱਕਦੀ ਨਹੀਂ, ਤੇ ਇੱਕ ਜਦੋਂ ਆਪਾਂ ਲਾਉਣ ਲੱਗਾਂਗੇ ਤੇ ਉਹ ਇਸ ਤਰ੍ਹਾਂ ਪੱਤੇ ਜਿਹੜੇ ਆ ਉਹਦੇ ਬਹੁਤ ਵਧੀਆ ਹੈਲਦੀ ਰਹਿਣਗੇ, ਤੰਦਰੁਸਤ ਰਹਿਣਗੇ। ਤੇ ਆ ਜੋ ਹੁਣ ਆਪਾਂ ਲਾਉਣੇ ਆ ਕਟਿੰਗ, ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰ੍ਹਾਂ ਕਟਿੰਗ ਲਾਉਣੀ ਹੈਗੀ। ਪਹਿਲਾਂ ਤਾਂ ਜਿਹੜਾ ਆਪਣਾ ਆਹ ਸ਼ਾਰਪ ਹੈਗਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਹ ਜਾਂ ਤਾਂ ਡਟੋਲ ਦੇ ਨਾਲ ਇਹ ਲਾ ਲਓ ਤੁਸੀਂ ਡਟੋਲ ਇਸ ਦੇ ਉੱਤੇ ਲਾ ਕੇ, ਕਿਉਂਕਿ ਇਹਦੇ ਵਿੱਚ ਕੋਈ ਫੰਗਸ ਨਾ, ਪਹਿਲਾਂ ਵੀ ਆਪਾਂ ਬੂਟੇ ਪੌਦੇ ਕੱਟੇ ਹੁੰਦੇ ਆ ਇਹਦੇ ਨਾਲ ਕੋਈ ਵੀ ਫੰਗਸ ਲੱਗੀ ਹੁੰਦੀ ਹੈ ਜਾਂ ਕੋਈ ਖਰਾਬ ਹੁੰਦਾ, ਇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਓ ਅਤੇ ਆਪਣਾ ਸ਼ਾਰਪ ਸਾਫ਼ ਹੋਣਾ ਚਾਹੀਦਾ। ਅਤੇ ਦੂਸਰਾ ਜਿਹੜੀ ਆਪਾਂ ਆਹ ਕਟਿੰਗ ਹੁਣ ਆਪਾਂ ਇਸ ਤਰ੍ਹਾਂ ਆਹ ਕਟਿੰਗ ਲਈ ਹੈ, ਇਹ ਪਹਿਲਾਂ ਹੀ ਕਟਿੰਗਾਂ ਮੇਰੀਆਂ ਤੋੜ ਕੱਟ ਕੇ ਰੱਖੀਆਂ ਹੋਈਆਂ ਸੀ। ਅਤੇ ਹੁਣ ਇਹ ਜਿਹੜਾ ਆਪਾਂ ਆਹ ਨੋਡ ਏਰੀਆ, ਆਹ ਨੋਡ ਏਰੀਆ ਇਹਦੇ ਛੋਟੇ ਛੋਟੇ ਨੇੜੇ ਨੇੜੇ ਹੀ ਹੈਗੇ, ਆਪਾਂ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਹੀ ਕੱਟ ਦਾਂਗੇ। ਇੱਕਦਮ ਕੱਟਣਾ ਹੋਣਾ ਚਾਹੀਦਾ ਵੀ ਕੋਈ ਉਹਦੇ 'ਤੇ ਛਿੱਲੜ ਲੈਣਾ ਨਹੀਂ ਚਾਹੀਦਾ, ਟਾਹਣੀ ਦਾ ਕੋਈ ਛਿਲਕਾ ਲਿਆ ਨਾ ਹੋਵੇ, ਕਿਉਂਕਿ ਫਿਰ ਉਹ ਵਧੀਆ ਨਹੀਂ ਲੱਗੂਗੀ। ਅਤੇ ਉਹ ਅਤੇ ਹੁਣ ਜਿਹੜੇ ਆਪਾਂ ਜਿਹੜੇ ਆਹ ਪੱਤੇ ਹੈਗੇ ਇਹ ਆਪਾਂ ਸਾਰੇ ਲਾ ਦਾਂਗੇ, ਇਸ ਤਰ੍ਹਾਂ ਇਹਨਾਂ ਨੂੰ ਪੱਤਿਆਂ ਨੂੰ ਕਟਿੰਗ ਕਰ ਦਿਆਂਗੇ, ਕਿਉਂ ਆਪਾਂ 2-4 ਪੱਤੇ ਇਹਦੇ ਛੱਡਾਂਗੇ, ਉਹਨਾਂ ਤੋਂ ਇਹ ਨਿਊਟ੍ਰੀਸ਼ਨ ਆਪਣਾ ਆਪਣੀ ਖੁਰਾਕ ਥੋੜ੍ਹੀ ਬਹੁਤੀ ਲੈਂਦੇ ਰਹਿਣਗੇ, ਕਿਉਂਕਿ ਜ਼ਿਆਦਾ ਨਹੀਂ ਕੱਟਦੇ। 2-3 ਤਾਂ ਮੈਂ ਛੱਡ ਦਿਊਂ, ਨਾ ਹੀ ਜ਼ਿਆਦਾ ਆਪਾਂ ਰੱਖਣੇ ਆ ਅਤੇ ਨਾ ਹੀ ਜ਼ਿਆਦਾ ਕੱਟਣੇ, ਇੰਨੇ ਕੁ ਆਪਾਂ ਰੱਖ ਦਿਆਂਗੇ। ਅਤੇ ਆਹ ਜਿਹੜਾ ਇਸ ਤਰ੍ਹਾਂ ਆਹ ਇਹ ਤਾਂ ਬਹੁਤ ਛੋਟਾ, ਇਹਦੇ ਨਾਲ ਹੀ ਰਹਿਣ ਦੇਵਾਂਗੇ। ਪਹਿਲਾਂ ਮੇਰਾ ਇੱਕ ਪੱਤੇ ਤੋਂ ਇਸ ਤੋਂ ਵੀ ਉਗਾਇਆ ਹੋਇਆ ਗਾ, ਇੱਕ ਕਟਿੰਗ ਮੇਰੀ ਮੈਂ ਪਿਛਲੇ ਸਾਲ ਇਸੇ ਤੋਂ ਹੀ ਕਟਿੰਗ ਲਾਈ ਸੀ, ਉਹ ਬਹੁਤ ਵਧੀਆ ਮੇਰੀ ਗਰੋ ਹੋ ਗਈ ਸੀ, ਉਸ ਤਰ੍ਹਾਂ ਹੀ ਬਹੁਤ ਛੋਟਾ ਪਲਾਂਟ ਬਣਿਆ ਹੋਇਆ ਗਾ। ਅਤੇ ਇਹ ਜਿਹੜੀ ਆਪਾਂ ਕਟਿੰਗ ਲੈਣੀ ਆ 5-6 ਇੰਚ ਦੀ ਕਟਿੰਗ ਲੈਣੀ ਹੈ, ਇਸ ਤਰ੍ਹਾਂ ਲੈਣੀ ਹੈਗੀ ਕਟਿੰਗ। ਅਤੇ ਜਦੋਂ ਆਪਾਂ ਇਹ ਹੁਣ ਬਾਰਿਸ਼ ਦਾ ਟਾਈਮ ਆ, ਬਾਰਿਸ਼ ਦੇ ਟਾਈਮ ਦੇ ਵਿੱਚ ਵੀ ਹੁਣ ਕਟਿੰਗ ਲੈ ਲਈ, ਆਪਾਂ ਕਟਿੰਗ ਨੂੰ ਵੀ ਹੁਣ ਆਪਾਂ ਇਸ ਤਰ੍ਹਾਂ ਪਾਣੀ ਦੇ ਵਿੱਚ ਥੋੜ੍ਹਾ ਬਹੁਤਾ ਚਿਰ ਡੁਬੋ ਕੇ ਰੱਖ ਦੇਣਾ ਗਾ। ਅਤੇ ਜਦੋਂ ਤੁਸੀਂ ਕਟਿੰਗ ਲਾਉਣੀ ਹੈ ਅਤੇ ਕਟਿੰਗਾਂ ਤੁਸੀਂ 2-4 ਕਟਿੰਗਾਂ ਲੈ ਲੈਣੀਆਂ, ਕਿਉਂਕਿ 4 ਲਾਓ ਕਟਿੰਗਾਂ ਚਾਹੇ 5 ਲਾਓ, ਜੇ ਇੱਕ ਅੱਧੀ ਆਪਣੀ ਕਟਿੰਗ ਨਹੀਂ ਵੀ ਚੱਲਦੀ ਤਾਂ ਆਪਣੀ ਇੱਕ ਅੱਧੀ 2-4 ਵਿੱਚੋਂ ਕਟਿੰਗਾਂ ਜ਼ਰੂਰ ਲੱਗਣਗੀਆਂ। ਅਤੇ ਜਦੋਂ ਆਪਾਂ ਕਟਿੰਗ ਹੀ ਇੱਕ ਲਾਉਂਦੇ ਹਾਂ ਅਤੇ ਇੱਕ ਹੀ ਉਹ ਖਰਾਬ ਹੋ ਜਾਂਦੀ ਤਾਂ ਫਿਰ ਆਪਾਂ ਨੂੰ ਐਂ ਲੱਗਦਾ ਵੀ ਕਟਿੰਗ ਲੱਗੀ ਨਹੀਂ। ਜਦੋਂ ਵੀ ਕਟਿੰਗਾਂ ਲਾਉਣੀਆਂ ਤੁਸੀਂ 3-4 ਜਾਂ 5-4 ਕਟਿੰਗਾਂ ਲੈਣੀਆਂ ਆਪਣੇ। ਹੁਣ ਜਿਵੇਂ ਪਾਰਕ ਦੇ ਵਿੱਚ ਕਿਤੇ ਆਪਾਂ ਜਾਂਦੇ ਹਾਂ ਉੱਥੇ ਵੀ ਕਰੋਟਿੰਗ ਦੇ ਪੌਦੇ ਬਹੁਤ ਲੱਗੇ ਹੁੰਦੇ ਆ, ਤੁਸੀਂ ਉੱਥੋਂ ਵੀ ਕਟਿੰਗ ਕੋਈ ਲਿਆ ਸਕਦੇ ਹਾਂ ਜਾਂ ਆਪਣੇ ਕੋਈ
ਨਜ਼ਦੀਕੀ ਕਿਸੇ ਆਂਢ ਗੁਆਂਢ ਦੇ ਕਿਸੇ ਦੇ ਲੱਗਿਆ ਹੁੰਦਾ ਪੌਦਾ ਉਸ ਤੋਂ ਵੀ ਇੱਕ ਕਟਿੰਗ ਲਿਆ ਕੇ ਅਤੇ ਆਪਾਂ ਫਰੀ ਦੇ ਵਿੱਚ ਇਹ ਕਈ ਪੌਦੇ ਬਣਾ ਸਕਦੇ ਹਾਂ। ਹੁਣ ਮੌਸਮ ਵੈਸੇ ਇਹ ਕਟਿੰਗ ਲਗਾਉਣ ਦਾ ਮੌਸਮ ਆ ਗਿਆ, ਜਦੋਂ ਆਪਣੀ ਬਾਰਿਸ਼ ਹੁੰਦੀ ਹੈ ਅਤੇ ਉਹਦੇ ਵਿੱਚ ਕਟਿੰਗਾਂ ਬਹੁਤ ਵਧੀਆ ਲੱਗਦੀਆਂ। ਹੁਣ ਇਸ ਤਰ੍ਹਾਂ ਇੰਨੀਆਂ ਕਟਿੰਗਾਂ ਮੈਂ ਇਹ ਦੋ ਤਿੰਨ ਲੈ ਲਈਆਂ ਅਤੇ ਆਹ ਜਿਹੜੀਆਂ ਦੋ ਕਟਿੰਗਾਂ ਰਹਿ ਗਈਆਂ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਵੀ ਹੀ ਗਰੋ ਕਰੂੰਗੀ। ਤੁਹਾਨੂੰ ਦੱਸੂਗੀ ਪਾਣੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਗਰੋ ਕਰ ਦੇਣੀ ਆਪਾਂ ਜਿਹੜੀ ਦੋ ਗਟਿੰਗਾਂ। ਤਾਂ ਹੁਣ ਆਪਾਂ ਇਸੇ ਤਰ੍ਹਾਂ ਪਾਣੀ ਦੇ ਵਿੱਚ ਆਏ ਲਾ ਕੇ ਰੱਖ ਦਿਆਂਗੇ ਇਹਨਾਂ ਨੂੰ, ਐਂ ਛੱਡ ਦਿਆਂਗੇ ਪਾਣੀ ਦੇ ਵਿੱਚ। ਦੇਖਦੇ ਹਾਂ ਆਪਾਂ ਪਾਣੀ ਦੇ ਵਿੱਚ ਵੀ ਕਿੰਨੇ ਚ ਇਹ ਕਿੰਨੇ ਦਿਨ ਤੋਂ ਰੂਟ ਨਿਕਲਦੀ ਆ। ਅਤੇ ਆਹ ਆਪਾਂ ਹੁਣ ਮਿੱਟੀ ਦੇ ਵਿੱਚ ਗਰੋ ਕਰਾਂਗੇ। ਮਿੱਟੀ ਦੇ ਵਿੱਚ ਆਹ ਆਪਾਂ ਰੂਟਿੰਗ ਹਾਰਮੋਨ ਲਾਉਂਦੇ ਹਾਂ ਪਾਣੀ, ਆਹ ਰੂਟਿੰਗ ਹਾਰਮੋਨ ਹੈ। ਵੈਸੇ ਤਾਂ ਮੈਂ ਇਹਨੂੰ ਕਦੇ ਹੀ ਯੂਜ ਕਰਦੀ ਹਾਂ, ਮੈਂ ਕਿਤੇ ਲਾਉਣੀ ਹੁੰਦੀ ਹਾਂ, ਮੈਂ ਤਾਂ ਜ਼ਿਆਦਾਤਰ ਐਲੋਵੇਰਾ ਹੀ ਯੂਜ ਕਰਦੀ ਹਾਂ। ਅਤੇ ਇਹ ਹੁਣ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਵਿੱਚ ਲੱਗ ਕੇ ਕਿੰਨੀ ਜਲਦੀ ਇਹਦੀ ਰੂਟ ਆਉਂਦੀ ਹੈ। ਅਤੇ ਆਹ ਦੇਖੋ ਇਸ ਤਰ੍ਹਾਂ ਹੁਣ ਇਹ ਪਾਣੀ ਦੇ ਵਿੱਚ ਮੇਰੀ ਪਹਿਲਾਂ ਹੀ ਕਟਿੰਗ ਡੁੱਬੀ ਹੋਈ ਸੀਗੀ ਪਾਣੀ ਦੀ, ਇਹ ਗਿੱਲੀ ਹੋਈ ਆ। ਇਸ ਤਰ੍ਹਾਂ ਇਹਨੂੰ ਲਾ ਲਾਂਗੇ ਇਸ ਤਰ੍ਹਾਂ, ਇਹ ਜਿਹੜੀ ਇਸ ਤਰ੍ਹਾਂ ਹੈਗੀ ਇਹ ਝਾੜ ਦਿਆਂਗੇ ਵੀ ਆਹ ਚੰਗੀ ਤਰ੍ਹਾਂ ਇਸ ਤਰ੍ਹਾਂ ਆਏ, ਆਹ ਚੰਗੀ ਤਰ੍ਹਾਂ ਇਸ ਤਰ੍ਹਾਂ ਆਏ ਲੱਗ ਜੇ। ਅਤੇ ਆਹ ਲੱਗ ਗਈ ਹੁਣ ਇਸ ਤਰ੍ਹਾਂ, ਇਹਨੂੰ ਆਪਾਂ ਹੁਣ ਇਹ ਇੰਨੀ ਮਿੱਟੀ ਦੇ ਵਿੱਚ ਇੰਨੇ ਰੂਟ ਆ ਜਿਹੜੇ ਇੰਨੇ ਆਹ ਮਤਲਬ ਨੋਡ ਏਰੀਆ ਗੇ, ਆਹ ਇੰਨੇ ਨੋਡ ਏਰੀਆ ਜਿੱਥੋਂ ਮਤਲਬ ਪੱਤਾ ਨਿਕਲਿਆ ਹੋਇਆ ਪੱਤਾ ਟੁੱਟਿਆ ਹੋਇਆ ਗਾ ਉਹ ਨੋਡ ਏਰੀਆ। ਹੁਣ ਇਹਨੂੰ ਆਪਾਂ ਇਸ ਤਰ੍ਹਾਂ ਐਂ ਹੋਲ ਕਰਕੇ ਮਿੱਟੀ ਦੇ ਵਿੱਚ ਇਸ ਤਰ੍ਹਾਂ ਇੰਨਾ ਡੂੰਘਾ ਉਂਗਲ ਦੇ ਜਿੰਨਾ ਇੰਨਾ ਹੋਲ ਕਰ ਲਾਂਗੇ ਅਤੇ ਉਹਨੂੰ ਆਪਾਂ ਇਸ ਤਰ੍ਹਾਂ ਐਂ ਦੇ ਕਰਕੇ ਵਿੱਚ ਦਬਾ ਦਿਆਂਗੇ ਚੰਗੀ ਤਰ੍ਹਾਂ ਐਂ ਕਰਕੇ ਇਸ ਤਰ੍ਹਾਂ ਪ੍ਰੈਸ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਦਬਾ ਦੇਣਾ। ਹੁਣ ਆਪਾਂ ਇੱਕ ਕਟਿੰਗ ਤਾਂ ਇਹ ਹਾਰਮੋਨ ਇਹ ਰੂਟਿੰਗ ਹਾਰਮੋਨ ਲਾ ਕੇ ਲਾ ਲਈ ਅਤੇ ਇੱਕ ਕਟਿੰਗ ਆਪਾਂ ਲਾਵਾਂਗੇ ਐਲੋਵੇਰਾ ਲਾ ਕੇ। ਵੈਸੇ ਮੈਂ ਸਾਰੀਆਂ ਕਟਿੰਗਾਂ ਮੈਂ ਐਲੋਵੇਰਾ ਲਾ ਕੇ ਹੀ ਲਾਉਂਦੀ ਹੁੰਦੀ ਹਾਂ। ਹੁਣ ਐਲੋਵੇਰਾ ਲਾ ਕੇ ਆਪਾਂ ਐਲੋਵੇਰਾ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਡਿੱਪ ਕਰਕੇ ਅਤੇ ਚੰਗੀ ਤਰ੍ਹਾਂ ਡਿੱਪ ਕਰਕੇ ਇਸ ਤਰ੍ਹਾਂ ਆਏ ਅਤੇ ਆਏ ਇਸ ਤਰ੍ਹਾਂ ਹੀ ਐਂ ਕਰਕੇ ਇਵੇਂ ਹੀ ਹੋਲ ਕਰਕੇ ਇਸੇ ਤਰ੍ਹਾਂ ਐਂ ਲੰਬਾ ਹੋਲ ਕਰਕੇ ਇੰਨੇ ਨੋਡ ਏਰੀਆ ਇਹਦੇ ਵਿੱਚ ਦਬਾ ਦਿਆਂਗੇ ਇਸੇ ਤਰ੍ਹਾਂ ਐਂ ਕਰਕੇ ਚੰਗੀ ਤਰ੍ਹਾਂ ਇਹਨੂੰ ਇਸੇ ਤਰ੍ਹਾਂ ਹੁਣ ਇਹਨੂੰ ਇਸ ਤਰ੍ਹਾਂ ਹੁਣ ਇਹਨੂੰ ਜਮ੍ਹਾਂ ਪ੍ਰੈਸ ਕਰ ਦਾਂਗੇ ਆਪਾਂ ਅਤੇ ਹੁਣ ਪਾਣੀ ਦੇ ਦਾਂਗੇ। ਇਹ ਘੱਟ ਤੋਂ ਘੱਟ 25 ਦਿਨ ਮਹੀਨਾ ਵੀ ਲੱਗ ਸਕਦਾ ਇਹਦੀ ਰੂਟ ਆਉਣ 'ਤੇ। ਜਦੋਂ ਦੇਖਣਾ ਤੁਸੀਂ ਜੇ ਆਹ ਪੱਤਾ ਇੱਥੋਂ ਨਿਕਲਦਾ ਦੇਖਣਾ ਗਾ ਤਾਂ ਉਹ ਪੱਤਾ ਨਿਕਲਦੇ ਨੂੰ ਦੇਖ ਕੇ ਤੁਸੀਂ ਆਏ ਨਾ ਸਮਝੋ ਕਿ ਇਹਦੇ ਥੱਲੇ ਰੂਟ ਬਣ ਕੇ ਹੋਣਗੇ। ਉਹ ਜੜ੍ਹਾਂ ਬਣਨ ਨੂੰ ਟਾਈਮ ਲੱਗ ਜਾਂਦਾ ਗਾ ਉਹਨੂੰ ਛੇਤੀ। ਇੱਕ ਤਾਂ ਇਹਨੂੰ ਜਮ੍ਹਾਂ ਮਤਲਬ ਜਿਹੜੀ ਜੜ੍ਹ ਆਪਾਂ ਲਾ ਤਾ ਇਹਨੂੰ ਇਸ ਤਰ੍ਹਾਂ ਹੀ ਕਿਸੇ ਬੂਟੇ ਦੇ ਥੱਲੇ ਛਾਂ ਦੇ ਵਿੱਚ ਇਹਨੂੰ ਰੱਖਣਾ ਅਤੇ ਇਹਨੂੰ ਆਪਣੀ ਜਿਹੜੀ ਕਟਿੰਗ ਲੱਗੀ ਆ ਇਹ ਬਿਲਕੁਲ ਵੀ ਹਿੱਲਣੀ ਨਹੀਂ ਚਾਹੀਦੀ। ਜਦੋਂ ਆਪਣੀ ਥਾਂ ਤੋਂ ਜੇ ਹਿੱਲ ਗਈ ਇੱਕ ਵਾਰ ਫਿਰ ਉਹਦੀ ਕਟਿੰਗ ਨਹੀਂ ਲੱਗਣੀ। ਉਹ ਕਟਿੰਗ ਲੱਗਣ ਦੇ ਵਿੱਚ ਫਿਰ ਉਹਦਾ ਜਦੋਂ ਇੱਕ ਵਾਰ ਹਿੱਲ ਜੇ ਕਟਿੰਗ ਫਿਰ ਉਹ ਫੰਗਸ ਲੱਗ ਕੇ ਫਿਰ ਮਰ ਜਾਂਦੀ, ਕਟਿੰਗ ਆਪਣੀ ਲੱਗਦੀ ਨਹੀਂ। ਅਤੇ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਛਾਂ ਦੇ ਵਿੱਚ ਰੱਖ ਦਿਆਂਗੇ, ਛਾਂ ਦੇ ਵਿੱਚ ਜਾਂ ਤਾਂ ਕਿਸੇ ਗਮਲੇ ਦੇ ਉੱਪਰ ਰੱਖ ਦਿਓ ਇਹਨੂੰ, ਕਿਉਂਕਿ ਉਹਦੇ ਵਿੱਚੋਂ ਥੱਲਿਓਂ ਮਿੱਟੀ ਦੇ ਵਿੱਚੋਂ ਉਹਨੂੰ ਪਾਣੀ ਮਿਲਦਾ ਰਹੇ, ਮੋਇਸਚਰ ਮਿਲਦਾ ਰਹੇ। ਅਤੇ ਆਪਣਾ ਜਾਂ ਕੋਈ ਜੇ ਕੱਚੀ ਜਗ੍ਹਾ ਹੈਗੀ ਆ ਕਿਆਰੀ ਦੇ ਵਿੱਚ ਰੱਖ ਦਿਓ ਅਤੇ ਉੱਥੋਂ ਇਹਨੂੰ ਪਾਣੀ ਵੀ ਵਧੀਆ ਮਿਲਦਾ ਰਹੂਗਾ। ਅਤੇ ਆਪਾਂ ਸਰਦੀ ਦੇ ਵਿੱਚ ਗਾਹਾਂ ਜਿਵੇਂ ਫਰਵਰੀ ਮਾਰਚ ਦੇ ਵਿੱਚ ਲਾਉਣੀਆਂ ਤਾਂ ਉਦੋਂ ਇੱਕ ਪੋਲੀਥੋਨ ਨਾਲ ਆਪਣੇ ਇੱਕ ਲਿਫਾਫੇ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਇਹਨੂੰ ਆਪਣੀ ਕਟਿੰਗ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਅਤੇ ਥੱਲਿਓਂ ਇਸ ਤਰ੍ਹਾਂ ਐਂ ਕਰਕੇ ਬੰਨ ਦੇਣਾ ਅਤੇ ਉੱਪਰ ਦੋ ਹੋਲ ਜੇ ਕਰ ਦੇਣੇ ਆ, ਚਾਹੇ ਉਹਦੇ ਕੱਟ ਲਾ ਕੇ ਕਰ ਦਿਓ ਕਿਉਂਕਿ ਉਹਦੇ ਵਿੱਚ ਦੀ ਹਵਾ ਪੈਂਦੀ ਰਹੇ। ਅਤੇ ਜਦੋਂ ਹੁਣ ਆਪਾਂ ਬਾਰਿਸ਼ ਦੇ ਟਾਈਮ ਦੇ ਵਿੱਚ ਰੱਖਣਾ ਤਾਂ ਬਾਰਿਸ਼ ਦੇ ਟਾਈਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਬੂਟੇ ਦੇ ਨੀਚੇ ਕਿਸੇ ਦੇ ਥੱਲੇ ਆਈ ਰੱਖ ਦਾਂਗੇ ਤਾਂ ਇਸੇ ਤਰ੍ਹਾਂ ਹੀ ਨਾਲੇ ਤਾਂ ਆਪਾਂ ਨੂੰ ਦਿਖਦਾ ਰਹੂਗਾ ਨਾ ਇਹ ਪਤਾ ਲੱਗਦਾ ਰਹੂ, ਪਰ ਇਹਨੂੰ ਕਟਿੰਗ ਨੂੰ ਜਮ੍ਹਾਂ ਵੀ ਹਿੱਲਣ ਨਹੀਂ ਦੇਣਾ। ਅਤੇ ਜੇ ਹਿੱਲ ਜੂਗੀ ਤਾਂ ਆਪਣੀ ਕਟਿੰਗ ਲੱਗਦੀ ਨਹੀਂ, ਇਹ ਕਟਿੰਗ 25 ਦਿਨ ਮਹੀਨੇ ਦੇ ਵਿੱਚ ਕਟਿੰਗ ਆਪਣੀ ਲੱਗ ਕੇ ਤਿਆਰ ਹੋ ਜੂਗੀ। ਅਤੇ ਫਿਰ ਉਸੇ ਵਕਤ ਤੁਸੀਂ ਜਦੋਂ ਰੂਟਿੰਗ ਆ ਗਈ ਉਦੋਂ ਵੀ ਰਿਪੋਰਟ ਇਹਨੂੰ ਨਹੀਂ ਕਰਨਾ, ਰਿਪੋਰਟ ਇਹਨੂੰ
ਉਦੋਂ ਕਰਨਾ ਜਦੋਂ ਬਹੁਤ ਸਾਰੇ ਇਹਦੇ ਪੱਤੇ ਬਣ ਜਾਣਗੇ ਉੱਪਰ ਉਦੋਂ ਉਸ ਟਾਈਮ ਇਹਨੂੰ ਤੁਸੀਂ ਰਿਪੋਰਟ ਵੱਡੇ ਗਮਲੇ ਦੇ ਵਿੱਚ ਕਰ ਸਕਦੇ ਹੋ ਉਨੀ ਦੇਰ ਨਹੀਂ ਰਿਪੋਰਟ ਕਰਨਾ ਘੱਟ ਤੋਂ ਘੱਟ ਦੋ ਮਹੀਨੇ ਢਾਈ ਮਹੀਨੇ ਬਾਅਦ ਇਹਨੂੰ ਜਦੋਂ ਵੱਡੇ ਪੱਤੇ ਹੋ ਜਾਣ ਉਦੋਂ ਇਹਨੂੰ ਰਿਪੋਰਟ ਕਰਨਾ ਤੇ ਇਹ ਸੀ ਅੱਜ ਆਪਣੀ ਜਾਣਕਾਰੀ ਤੇ ਆ ਦੇਖੋ ਹੁਣ ਮੇਰਾ ਕਰੋਟਿੰਗ ਦਾ ਪੌਦਾ ਇਹ ਕਟਿੰਗ ਤੋਂ ਹੀ ਲਾਇਆ ਹੈ ਬਹੁਤ ਹੈਲਦੀ ਹੈ ਕਿਉਂਕਿ ਜ਼ਮੀਨ ਦੇ ਵਿੱਚ ਲੱਗਿਆ ਹੋਇਆ ਤਾਂ ਕਰਕੇ ਇਹ ਬਹੁਤ ਜ਼ਿਆਦਾ ਵੱਧ ਰਿਹਾ ਹੁਣ ਇਹ ਇਸ ਤੋਂ ਹੀ ਮੈਂ ਕਟਿੰਗਾਂ ਲੈ ਕੇ ਗਾਹਾਂ ਬੂਟੇ ਗਾਹਾਂ ਜਿਹੜੇ ਵਧਾਉਂਦੀ ਰਹਿੰਦੀ ਹਾਂ ਇਸ ਤੋਂ ਹੀ ਕਟਿੰਗ ਲੈਣੀ ਹੈ ਜਦੋਂ ਆਹ ਦੇਖੋ ਕਿੰਨੀ ਜਣ ਮੋਟੀ ਜਦੋਂ ਤੁਸੀਂ ਕਟਿੰਗ ਲੈਣੀ ਆ ਇਸ ਤਰ੍ਹਾਂ ਦੀ ਕਟਿੰਗ ਲੈਣੀ ਆ ਮੋਟੀ ਇਸ ਤਰ੍ਹਾਂ ਦੀ ਪੈਨਸਲ ਵਰਗੀ ਕਟਿੰਗ ਹੋਵੇ ਜਾਂ ਇਸ ਤਰ੍ਹਾਂ ਦੀ ਕਟਿੰਗ ਹੋਵੇ ਉਹ ਵੀ ਚੱਲ ਜੂਗੀ ਤੇ ਉਹ ਵਧੀਆ ਕਟਿੰਗ ਲੱਗੂਗੀ ਹੁਣ ਮੌਸਮ ਹੈਗਾ ਕਟਿੰਗ ਲਾਉਣ ਦਾ ਕੋਈ ਵੀ ਕਟਿੰਗ ਲਗਾ ਸਕਦੇ ਆ ਤੁਸੀਂ ਤੇ ਇੰਨੀ ਸੀ ਆਪਣੀ ਕਰੋਟਿੰਗ ਦੇ ਬੂਟੇ ਬਾਰੇ ਜਾਣਕਾਰੀ ਤੇ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ।